लो जी भाई जी, खड़े हाँ गए मुल्लापुर बकरा मंडी दे विच। रामू भाई अपने कोल हैगा, बकरियां लेके आएगा ते रेट पूछदे भी की हैगा। रामू भाई दे कोले चंगीयां बकरियां ते घट रेट च हुंदे ना, ते आज आपां इहनां गल्लबात करदा। रामू भाई सत श्री अकाल जी। सत श्री अकाल जी, की हाल चाल रामू? कृपा जी मार के वीर, ठीक ठाक? किवें काम कर? काम कर वधिया भाई। किन्नीयां बकरियां लेके आए भाई? बकरियां भाई अज लेके आए सी 12। 12? हां जी हां। बेची दे नहीं कुछ दे? ਬਸ ਜੀ ਆ ਕੇ ਖੜੇ ਖੜੇ ਹੈ ਨਾ। ਬਸ ਨਾਲ ਜਾਂ ਤੁਸੀਂ ਆ ਗਏ ਬਾਈ। ਕਿੰਨਾ ਕਿੰਨਾ ਰੇਟ ਹੋਊਗਾ ਬਾਈ? ਇਹ ਪੱਠ ਬਾਈ ਜੀ ਭਲੂਣ ਸੀ ਆ, ਜੋੜਾ ਬੱਚਿਆਂ ਦੇ। ਅੱਗੇ ਕਰੀ ਲੈ ਵੀ ਦਿਖਾ ਦੇ ਲੈ ਵੀ ਜੋੜਾ ਇਹਦੇ ਮਗਰ। ਹਾਂਜੀ ਹਾਂ, ਜੈਡ ਬਲੈਕ ਹੈਗੀ। ਹਾਂਜੀ ਹਾਂ, ਪਹਿਲੇ ਸੋਏ ਸੋਈ ਆ ਜੀ ਇਹ। ਠੀਕ ਆ। ਇਹ ਲਿੱਸੀ ਜੀ ਕਿਵੇਂ ਕਰਕੀ ਹੈਗੀ? ਬਸ ਲਿੱਸੀ ਬਾਈ ਤਾਜ਼ੀ ਸੋਈ ਹੈਗੀ। ਆਹੀ ਇੱਕ ਤਾਂ ਇਹਦਾ ਬੱਚਾ ਆ ਫਿਰਦਾ ਜੀ। ਜ਼ਿੰਮੇਵਾਰੀ ਹੋਊਗੀ, ਜ਼ਿੰਮੇਵਾਰੀ ਹੋਊ। ਮੂੰਹ ਦਿਖਾ ਦੇ ਮਾੜਾ ਇਹਦਾ ਬੱਕਰੀ ਦਾ। ਮੂੰਹ ਦੇਖ ਲੋ ਵਧੀਆ ਗੀ ਕਰਕੇ। ਬਾਕੀ ਹਾਈਟ ਕਿੰਨੀ ਹੋਊ ਬਈ ਇਹਦੀ? ਹਾਈਟ ਬਾਈ ਹੈ ਇਹਦੇ 36 ਇੰਚੀ। ਇਹ ਵੀ 36 ਇੰਚ ਦੀ ਹਾਈਟ ਹੈਗੀ, ਦੇਖ ਸਕਦੇ ਹੋ ਪਲੂਨ ਸੂਈ ਹੋਈ ਹੈਗੀ। ਹਾਂਜੀ ਹਾਂ, ਠੀਕ ਹੈ ਜੀ। ਰੇਟ ਕੀ ਹੈ ਇਹਦਾ? ਰੇਟ ਬਾਈ ਇਹਦਾ 23,000 ਰੁਪਏ। ਇਹ ਵੀ 23,000 ਰੁਪਏ ਮੰਗਿਆ, ਬਾਕੀ ਮਾਨ ਤਾਨ ਹੋ ਜੂ। ਹਾਂ ਜੀ, ਮੌਕੇ ਤੇ ਹੋ ਜੂਗਾ ਜੀ। ਹਾਂ, ਇਹ ਬਾਕੀ ਨੱਕ ਨਕੋੜਾ ਦਿਖਾ ਦੇ ਬਾਪੂ ਤੇ ਮਾਰ ਕੇ ਕਰ ਦੇ ਭਰਾ ਵੇ। ਲੈ ਹੋਰ ਲਿਆ ਇੱਕ ਬਾਈ, ਆ ਦੇਖੋ ਇਹ ਰਾਹ ਪੱਠਾ ਜੀ, ਇਹਦੇ ਵਰਗੀ ਆ ਨਾ ਜਮਾ ਵੀ। ਹਾਂ ਜੀ ਹਾਂ, ਇਹ ਵੀ ਭਲੂਣ ਸੋਈ ਹੈ ਜੀ। ਹਾਂਜੀ, ਬੱਚੇ ਇਹਦੇ ਮਗਰ ਵੀ ਇੱਕ ਪੱਠ ਹੈ ਜੀ। ਇੱਕ ਪੱਠ ਹੈ ਦੇ ਮਗਰ ਆ ਬਈ, ਕੰਨ ਕੁੰਨ ਦੇਖ ਸਕਦੇ ਬਈ, ਨੱਕ ਨਕੋੜਾ ਇਹਦੀ। ਆਹੀ ਪੱਠ ਹੈ ਜਾਂ ਇਹਦੇ ਮਗਰ ਬੱਕਰਾ ਜੀ, ਪਤਲੇ ਮੂੰਹ ਵਾਲੀ ਆ ਨਾ ਪੱਠ। ਹਾਂਜੀ ਹਾਂ, ਬੱਕਰਾ ਆ ਬੱਕਰਾ ਵੀ ਇਹਦੇ ਮਗਰ ਬੱਕਰਾ। ਇਹ ਕਿੰਨੇ ਰੁਪਈਆਂ ਦੀ ਬਈ? ਇਹਦਾ 19,000 ਰੁਪਏ ਮੰਗਿਆ ਜੀ। ਲੈ ਵੀ ਇਹਦਾ 19,000 ਰੁਪਏ ਮੰਗਿਆ, ਹੋਰ ਫੜ ਲਿਆ। ਇਹ ਲਿਆ ਬਈ, ਆ ਦੇਖੋ ਜੀ। ਇਹ ਬਾਈ ਦੂਜੇ ਸੂਏ ਹੁਣ ਕ੍ਰੋਸ ਹੋਈ ਹੈ ਜੀ ਪੱਠ। ਦੂਜੇ ਸੂਏ ਕ੍ਰੋਸ ਹੋਈ ਹੈ? ਹਾਂਜੀ ਹਾਂ। ਪਿੱਛੇ ਤਾਂ ਨਹੀਂ ਕੁਛ ਹੈਗਾ? ਨਹੀਂ ਜੀ, ਇਹਦੇ ਮਗਰ ਬੱਚਾ ਨਹੀਂ ਹੈਗਾ ਜੀ। ਲੈ ਵੀ ਕ੍ਰੋਸ ਹੋਈ ਹੈ ਜੇ। ਕਿੰਨਾ ਟਾਈਮ ਹੋ ਗਿਆ? ਇਹ ਬਾਈ ਅਜੇ ਥੋੜ੍ਹੇ ਦਿਨ ਹੀ ਹੋਏ ਨੇ, ਹਫ਼ਤਾ ਹੋ ਗਿਆ। ਅੱਛਾ, ਗਰੰਟੀ ਨਹੀਂ ਹੈਗੀ ਜਾਣੀ ਕਿ? ਗਰੰਟੀ ਨਹੀਂ, ਹਫ਼ਤਾ ਹੋਇਆ ਜੀ। ਇਹ ਵੀ ਹਫ਼ਤਾ ਕੋ ਦੇ ਦਿੰਦੀ ਹੈਗੀ? ਦੁੱਧ ਦਿੰਦੀ ਹੈਗੀ? ਦੁੱਧ ਦਿੰਦੀ ਹੈ ਬਾਈ। ਲੈ ਵੀ ਦੁੱਧ ਦਿੰਦੀ ਹੈਗੀ ਬੱਕਰੀ, ਦੇਖ ਸਕਦੇ ਹੋਗੇ। ਦੂਜੇ ਸੂਏ? ਦੂਜੇ ਸੂਏ ਹੁਣ ਕ੍ਰੋਸ ਹੋਈ ਹੈ, ਹਫ਼ਤਾ ਹੋ ਗਿਆ। ਠੀਕ ਆ। ਇਹ ਕਿੰਨੇ ਰੁਪਈਆਂ ਦੀ ਬਾਈ? ਇਹਦਾ 22,000 ਰੁਪਏ ਮੰਗਿਆ। ਲੈ ਵੀ ਇਹਦਾ 22,000 ਰੁਪਏ ਮੰਗਿਆ ਹੈਗਾ। ਚੈੱਕ ਕਰ ਲਓ ਵੀ ਹੋਰ ਫੜ ਲਿਆ ਮਗਰ ਦੀ, ਮਗਰ ਦੇਖ ਸਕਦੇ ਹੋ ਬਾਈ। ਇਹ ਲੋਹੀ ਜੀ ਬੱਕਰੀ ਹੈਗੀ ਹੈ। ਲੈ ਵੀ ਕਾਹ ਹੈਗੀ ਲੋਹੀ। ਇਹ ਪੱਠ 4 ਦੰਦ ਆ ਜੀ। 4 ਦੰਦ? ਉਹ ਕਿੰਨੇ ਦੰਦ ਦੀ ਬਾਈ? ਉਹ ਬਾਈ 6 ਦੰਦ ਸੀਗੇ, 4 ਦੰਦ ਬਾਈ। 4 ਦੰਦ ਆ ਬਾਈ। ਗੱਬਣ ਆਗੀ ਕਿਵੇਂ ਆਗੀ? ਇਹ ਬਾਈ 1.5 ਮਹੀਨੇ ਦੀ ਗੱਬਣ ਹੋਈ ਹੋਈ ਹੈ, ਗਰੰਟੀ ਦਵਾਂ ਇਹਦੀ 1.5 ਮਹੀਨੇ ਦੀ। ਇਹ ਵੀ 1.5 ਮਹੀਨੇ ਦੀ ਗਰੰਟੀ ਆ ਗੱਬਣ ਦੀ? ਹਾਂਜੀ ਹਾਂ, ਦੇਖ ਲਓ ਕਿੰਨੇ ਰੁਪਈਆਂ ਦੀ ਬਾਈ ਇਹ। ਇਹਦਾ ਬਾਈ 20,000 ਰੁਪਏ ਮੰਗਿਆ ਜੀ ਪੱਠਾ। 20,000 ਰੁਪਏ ਮੰਗਿਆ, 1.5 ਮਹੀਨੇ ਦੀ ਗੱਬਣ ਆਗੀ। 24 ਬੱਕਰੀ ਆ, ਸਹੀ ਗੱਲ ਹੈ। ਹੁਣ 4 ਦੇ ਕੱਢਣੀ ਦੰਦ 21 ਆ ਜਣਾ। ਹਾਂਜੀ, 2 ਸਾਲ ਦੀ ਹੋਊਗੀ? ਹਾਂ ਹੋਊਗੀ, 2 ਸਾਲ ਦੀ ਬੱਕਰੀ ਆ ਨਾ ਇਹ। ਹਾਂਜੀ ਹਾਂ, ਇਹ ਵੀ 2 ਸਾਲ ਦੀ ਬੱਕਰੀ ਆ ਗਈ ਹੈ। ਚੈੱਕ ਕਰੋ ਬਈ, ਇੱਕ ਹੋਰ ਤੁਹਾਨੂੰ 4 ਦੰਦ ਪੱਠ ਦਿਖਾਉਣਾ ਜੀ, ਕਾਲੀ ਦਿਖਾ ਬਈ। ਲੈ ਵੀ 4 ਦੰਦ ਪੱਠ ਪਤਲੇ ਸਿੰਘਾਂ ਦੀ, ਆਹ ਦੇਖੋ ਜੀ, ਆਹ 4 ਦੰਦ ਪੱਠ ਜੀ। ਸਹੀ ਗੱਲ ਆ ਬਈ, 4 ਦੰਦ ਪੱਠ ਆ ਬਈ। ਇਹ ਬਾਈ 1.5-2 ਮਹੀਨੇ ਦੀ ਗੱਬਣ ਹੋਈ ਹੋਈ ਹੈ ਜੀ। ਲੈ ਵੀ 1.5-2 ਮਹੀਨੇ ਦੀ ਗੱਬਣ, ਗਰੰਟੀ? ਥਣਾ ਦੀ, ਥਣਾ ਦੀ ਫੁੱਲ ਜ਼ਿੰਮੇਵਾਰੀ, ਥਣ ਬਿਲਕੁਲ ਝੋਲਾ ਚਾਹੇ ਖੋਲਣਾ ਖੋਲ ਸਕਦੇ ਆਪਾਂ ਜੀ। ਠੀਕ ਆ। ਇਹ ਪਹਿਲੇ ਸੂਏ? ਹਾਂ ਜੀ, 100 ਸੂਏ, ਹੁਣ ਦੂਜੇ ਸੂਏ ਕ੍ਰੋਸ ਹੋਈ ਹੈ। ਦੂਜੇ ਸੂਏ ਕ੍ਰੋਸ ਆ ਬਾਈ, ਕੰਨ ਕੁੰਨ ਦੇਖ ਸਕਦੇ ਆ ਬਾਈ, ਹੈ ਨਾ। ਹਾਂ ਜੀ। ਇਹ ਕਿੰਨੇ ਰੁਪਈਆਂ ਦੀ ਬਾਈ? ਇਹਦਾ ਬਾਈ 18,000 ਰੁਪਈਆ ਜੀ। 18,000 ਰੁਪਈਆ। ਬਾਕੀ ਮੌਕੇ ਦੇ ਰੇਟ ਨਾ ਅਗਲਾ ਕਿ ਹਾਂ ਵੀ ਰੇਟ ਆਏ ਤਾਂ ਫਲਾਨਾ ਜੀ। ਆਹ ਡੱਬੀ ਆ ਗਈ ਬਾਈ, ਡੱਬੀ ਮਗਰ ਮਾਨਤਾਨ ਹੋਰ, ਹੈ ਨਾ। ਹਾਂ ਜੀ, ਡੱਬੀ ਮਗਰ ਇੱਕ ਪੱਠ ਹੈ ਜੀ, 6 ਦਿਨ ਬਾਅਦ ਰਹਿੰਦੇ ਰਹਿੰਦੇ 6 ਦਿਨ ਦਾ ਬਾਈ। ਇਹਦੀ ਆਹ ਪੱਠ ਆ ਗਈ ਮਗਰ ਦੇ। ਇਹ ਕਿੰਨੇ ਦੀ ਬਾਈ ਪੱਠ ਵਾਲੀ? ਇਹਦਾ 20,000 ਰੁਪਏ ਮੰਗੇ ਜਾ ਪੱਠ ਵੀ 20,000 ਰੁਪਏ ਹੈਗਾ ਡੱਬੀ ਪੱਠ ਹੈਗੀ, ਦੇਖ ਸਕਦੇ ਹੋਗੇ। ਇਹਦੇ ਮਗਰ ਇੱਕ ਬੱਚਾ ਜੀ, ਇਹ ਘੱਟ ਮੁੱਲ ਦੀ ਹੈਗੀ ਜੀ, 18,000 ਮੰਗਿਆ ਜੀ, ਬਾਕੀ ਘੱਟ ਵੱਧ ਹੋ ਜੂਗਾ ਜੀ। 18,000 ਰੁਪਏ ਮੰਗਿਆ ਬਾਈ, ਬਾਕੀ ਘੱਟ ਵੱਧ ਹੋ ਜੂਗਾ ਇੱਕ ਬੱਚਾ ਦੇ ਮਗਰ। ਹਾਂਜੀ ਹਾਂ, ਹੋਰ ਦਿਖਾ ਦੇ ਬਾਈ। ਆਹ ਦੇਖੋ ਜੀ, ਸ਼ੇਰੀ ਹੈਗੀ। ਇਹ ਕਿਵੇਂ ਬਾਈ? ਇਹਦਾ 16,000 ਰੁਪਏ ਮੰਗਿਆ ਜੀ, 1.5-2 ਮਹੀਨੇ ਦੀ ਗੱਬਣ ਹੋਈ ਹੋਈ। 1.5-2 ਮਹੀਨੇ ਦੀ ਗੱਬਣ ਆ ਵੀ 16,000 ਰੁਪਏ ਦਾ ਦੁੱਧ ਦਿੰਦੀ ਹੈ ਨਾ। ਹਾਂਜੀ ਹਾਂ, ਬਾਕੀ ਬਾਈ ਸੰਪਰਕ ਕਰ ਲਿਓ ਜੇ ਕਿਸੇ ਵੀ ਮੇਰੇ ਵੀਡੀਓ ਕੋਈ ਚਾਹੀਦਾ ਹੋਵੇ। ਸਾਰੀਆਂ ਬਾਈ ਸਾਰੀਆਂ ਆਪਾਂ ਬਗਾਉਂਦੇ ਨਹੀਂ ਆ, ਜੇ ਕੋਈ ਇਕੱਠੀਆਂ ਲੈਂਦਾ ਹੋਵੇ 19,000 ਦੇ ਭਾਅ ਨੂੰ ਸਾਰੀਆਂ ਦੇ ਦਾਂਗੇ। 19,000 ਦੇ ਭਾਅ ਨੂੰ ਲੈ ਵੀ, ਜੇ ਕਿਸੇ ਨੇ ਇਕੱਠੀਆਂ ਲੈਣੀਆਂ ਹੋਣ ਤਾਂ 19,000 ਦੇ ਭਾਅ ਨੂੰ ਸਾਰੀਆਂ ਲੱਗ ਜਾਣਗੇ। ਨੰਬਰ ਦੱਸ ਦੇ ਰਾਮੂ। ਨੰਬਰ ਬਾਈ 98,553,42,203 ਜੀ। ਦੁਬਾਰਾ ਫਿਰ ਬੋਲਦੇ, 98,553,42,203 ਜੀ। ਲੈ ਵੀ ਕਰ ਲਿਓ ਸੰਪਰਕ ਜੇ ਕਿਸੇ ਵੀ ਮੇਰੇ ਵੀਰ ਨੂੰ ਕੋਈ ਵੀ ਬੱਕਰੀ ਚਾਹੀਦੀ ਹੋਊਗੀ। ਬਾਕੀ ਮੁੱਲਾਪੁਰ ਬਾਕੀ ਤੁਸੀਂ ਦੇ ਸਕਦੇ ਬਾਈ, ਫਾਰਮ ਦੇ ਵਿੱਚ ਕਾਮਯਾਬ ਨੇਗੀਆਂ ਬੱਕਰੀਆਂ ਸਭ, ਨੀਰਾ ਨੂਰਾ ਜੋ ਕੁਛ ਮਰਜ਼ੀ ਪਾਈ ਜਾਵੇ ਕੋਈ ਬੰਦਾ ਫਾਰਮ 'ਚ। ਠੀਕ ਹੈ ਜੀ, ਅਤੇ ਆਪਣੇ ਕੋਲ ਵੀ ਫਾਰਮ 'ਚ ਆਈਆਂ ਹੋਈਆਂ ਨੇ ਜੀ ਬੱਕਰੀਆਂ। ਠੀਕ ਹੈ ਰਾਮੂ, ਠੀਕ ਹੈ ਜੀ ਬਾਈ, ਧੰਨਵਾਦ।